ਥਾਣਾ ਧਾਰੀਵਾਲ ਪਿੰਡ ਸਿੱਧਵਾਂ ਵਿਖੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਦਾ ਅਜੈਬ ਸਿੰਘ, ਜਿਸ ਦੀ ਉਮਰ ਤਕਰੀਬਨ 60 ਸਾਲ ਸੀ, ਰੋਜ਼ਾਨਾ ਹੀ ਤਰ੍ਹਾਂ ਆਪਣੇ ਘਰ ਦੇ ਲਾਗੇ ਪੋਲਟਰੀ ਫਾਰਮ 'ਤੇ ਸੌਣ ਗਿਆ ਸੀ, ਜਿਸ ਦਾ ਸੁੱਤੇ ਹੋਏ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਕਰਕੇ ਪੋਸਟਮਾਰਟਮ ਵਾਸਤੇ ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੈਂ ਜਸਵੰਤ ਸਿੰਘ ਹੈ। ਕੀ ਗੱਲ ਹੋਈ ਸਾਰੀ? ਮੇਰੇ ਫਾਦਰ ਸਾਹਿਬ ਹੀ ਇਹ ਤਾਂ ਰਾਤੀ ਦੇ ਸੁੱਤੇ ਸੀ, ਇਹ ਤਾਂ ਅਸੀਂ ਤਾਂ ਆਣ ਕੇ ਸਵੇਰੇ ਵੇਖਿਆ 6 ਵਜੇ ਨੇ ਇਹਨਾਂ ਨੂੰ ਆਣ ਕੇ, ਮਾਮਾ ਮੇਰੇ ਆਏ ਆ ਠਾਲਣੇ ਇਹਨਾਂ ਵੀ ਚਾਹ ਚੂਹ ਪੀਣ ਵਾਸਤੇ, ਅਤੇ ਵੇਖਿਆ ਤਾਂ ਇਹ ਲੈਣੀ ਆ, ਫਿਰ ਆਣ ਕੇ ਵੇਖਿਆ ਅਤੇ ਮੈਂ ਆਣ ਕੇ ਸਾਈਡ ਨੂੰ ਵੇਖਿਆ ਰਗਾਂ ਬੰਨੀਆਂ ਇਹਨਾਂ ਦੀਆਂ, ਅਤੇ ਮੂੰਹ 'ਚ ਕੱਪੜਾ ਧੱਕਿਆ ਇਹਦਾ, ਹਾਂ ਟੱਪ ਲੱਗਾ ਬੜਾ ਇੱਥੇ। ਵੈਰੀ ਕੁਛ ਡੇਲੀ ਇੱਥੇ ਸੁਣਦੇ ਸੀ? ਹਾਂਜੀ ਇੱਥੇ ਸੁਣਦੇ ਡੇਲੀ ਇੱਥੇ। ਹਾਂਜੀ ਕੋਈ ਹੋਰ ਕੋਈ ਕਾਰਨ? ਨਹੀਂ ਕਾਰਨ ਕੁਛ ਨਹੀਂ ਇੱਥੇ। ਹਾਂਜੀ ਕੋਈ ਕਿਸੇ ਨਾਲ ਲਾਗਤ ਬਾਜੀ ਕੋਈ ਕਿਸੇ ਤਾਂ ਇੱਦਾਂ ਦਾ ਨਹੀਂ ਹੈ, ਸਾਡਾ ਲੜਾਈ ਝਗੜਾ ਕੋਈ ਨਹੀਂ ਕਿਸੇ ਨਾਲ। ਪੁਲਿਸ ਪਹੁੰਚੀ ਸੀ ਮੌਕੇ 'ਤੇ? ਹਾਂਜੀ ਪੁਲਿਸ ਆਈ ਆ, ਕਾਰਵਾਈ ਕੀਤੀ ਸਾਰੀ ਉਹਨੇ, ਪੋਸਟਮਾਰਟਮ ਵਾਸਤੇ ਖੜ੍ਹੀ ਹੈ ਬੋਡੀ। ਕਿਹੜੇ ਪਿੰਡ ਦੇ ਰਹਿਣ ਵਾਲੇ? ਸਰਸਪੁਰ। ਸਰ ਕੀ ਵਾਕਿਆ ਹੋਇਆ, ਤੁਹਾਡੇ ਕੀ ਲੱਗਦੇ ਸੀ? ਇਹ ਸਾਡੇ ਭਣੇਵਾਂ ਸੀ ਜੀ, ਭੈਣ ਦਾ ਮੁੰਡਾ ਸੀ। ਕੀ ਗੱਲਬਾਤ ਹੋਈ ਸਰ? ਗੱਲਬਾਤ ਦਾ ਅਜੇ ਕੋਈ ਨਹੀਂ ਪਤਾ, ਜਦੋਂ ਇਹਨਾਂ ਖੂਨ ਕੀਤਾ ਅਸੀਂ ਉਸ ਵੇਲੇ ਹੀ ਨੱਸ ਆਏ ਹਾਂ। ਕੀ ਲੱਗਾ ਤੁਹਾਨੂੰ ਵੀ ਕਿਸ ਤਰ੍ਹਾਂ ਉਹਨਾਂ ਦੀ ਹੋਈ ਹੈ? ਇਹ ਜੇ ਪਰਮਾਤਮਾ ਹੀ ਜਾਣਦਾ ਜੀ ਇਹ ਗੱਲ ਨਾ, ਜੋ ਕਿਸੇ ਨਾਲ ਵੈਰ ਵਿਰੋਧ ਹੀ ਕੋਈ ਨਹੀਂ, ਜੇ ਰੈਰ ਵਿਰੋਧ ਹੁੰਦਾ ਤਾਂ ਵੀ ਪਤਾ ਹੁੰਦਾ ਬੰਦਿਆਂ ਨੂੰ, ਬੰਦਿਆਂ ਦਾ ਵੀ ਫਲਾਣੇ ਨਾਲ ਲੱਗਦੀ ਆ। ਡੇਲੀ ਇੱਥੇ ਸੁਣਦੇ ਸੀ? ਡੇਲੀ ਇੱਥੇ। ਅਤੇ ਸੂਰਜ ਕਿਸ ਤਰ੍ਹਾਂ ਕੋਈ ਆਇਆ ਜਾਂ ਕਿੱਦਾਂ? ਅਤੇ 6 ਵਜੇ ਸਾਨੂੰ ਇੰਨਾ ਖੂਨ ਹੀ ਕੀਤਾ ਵੀ ਆਹ ਗੱਲ ਹੋ ਗਈ ਆ। ਆਵਾਜ਼ ਕੌਮ ਟੀਵੀ ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।